प्यारे बहन भाइयों अस्सलामुअलैकुम। मैं उम्मीद करता हूँ कि आप सभी बहन भाई अल्लाह ताला के फाजिल और करम के साथ ठीक ठाक होंगे, और हमारी दुआ है कि अल्लाह ताला हमारे सभी बहन भाई को खुश रखे, आबाद रखे और अपना दांत से मुस्कुराते रहें। इसके साथ अपने आज की वीडियो करते हैं शुरू। तो आज सारी वीडियो कुछ इस तरह के परसों ये चाचू जी उन्होंने देसी जनाजे थे, ऐसी आज आज हमने कोलखानी का ख़त्म कोलखानी ठीक से आते हैं, और अब जी जा रहे हैं कोलखानी ये ख़त्म थे, क्योंकि अब जी ने अल्लाह से जाना है, मेरे दोस्तों ने जा रहे हैं जुराबा जो भी तुम रखी हुई है दादा मैंने तो फिर ना चल कोई चल और बतेरी सो एक मिनट दे दियो चौड़ा मैं पा के जावा ਜਿਹਦੇ ਮੈਂ ਪਾਲਿਸ਼ ਲੈ ਕੇ ਸਭ ਤੋਂ ਅੱਛੀ ਉਹ ਸਭ ਤੋਂ ਬੜੀ ਚੀਜ਼ ਜਿਹੜੀ ਨਾ ਹੁੰਦੀ ਇਹਨਾਂ ਦੀ ਉਹ ਵੈਸੇ ਬਿਨਾਂ ਇਸਤੇਮਾਲ ਕਰਨ ਤੋਂ ਪਹਿਲਾਂ ਸਫਾਈ ਵੀ ਸੁੱਕ ਗਈ, ਇੱਕ ਦਫ਼ਾ ਦੋ ਦਫ਼ਾ ਜਿੱਤੀ ਪਾਲਿਸ਼ ਕੀਤੀ, ਇੱਕ ਦਫ਼ਾ ਕੀ ਇੱਕ ਦਫ਼ਾ ਬੁੱਝੀ ਤੀ, ਉਹ ਖਤਮ ਹੋ ਗਈ ਡੱਬੀ। ਫਿਰ ਇੱਕ ਹੀ ਮੈਂ ਲੈ ਕੇ ਆਇਆ ਛੋਟੀ ਡੱਬੀ, ਮੈਂ ਕਿਹਾ ਚਲੋ ਸਰਦੀਆਂ ਤੋਂ ਉਹ ਬਾਤ ਖਤਮ ਹੋ ਜਾਏਗੀ ਡੱਬੀ ਵੀ, ਅਤੇ ਅਗਲੇ ਸਾਲ ਫਿਰ ਨਿਊ ਲਵਾਂਗੇ। ਫਿਰ ਇੱਕ ਸਾਲ ਲੈ ਕੇ ਰੱਖ ਲੈਣੀ ਆ, 350-350 ਰੁਪਏ ਖਤਮ ਹੋ ਜਾਂਦੀ ਹੈ, ਜਿਹੜੀ 100 ਰੁਪਏ ਲੱਗ ਰੱਖੋ ਨਾ ਉਹ ਸੀਧੇ ਸ਼ਮਾਈ ਖਤਮ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ। ਇੱਕ ਹੀ ਲੈ ਕੇ ਆਏ, ਫਿਰ ਮੈਂ ਰਿਸ਼ਤੇ ਦਿਨ ਗਏ ਸੀ ਸਾਰੇ ਲੈ ਕੇ ਆਏ। ਫਿਰ ਯਾਰ ਉੱਥੇ ਅੱਬੂ ਜੀ ਜੁੱਤੀ ਪਾਲਿਸ਼ ਕੌਣ ਕਰਦਾ ਸੀ? ਸੀ ਕਰਦੇ ਸੀ। ਅੱਛਾ ਬੁਰਸ਼ ਠੀਕ ਹੈ? ਬੁਰਸ਼ ਲੈ ਕੇ ਤਾਂ ਮੈਂ ਅੱਛੇ ਵਾਲਾ ਆਇਆ ਸੀ, ਇੱਕ ਬਹੁਤ ਹਾਰਡ ਹੁੰਦਾ। ਅੱਛਾ ਉਹਨੂੰ ਸਮਾਨ ਖੁਦ ਕਰਦਾ ਜੀ, ਅੰਮੀ ਜੀ ਕਰਕੇ ਦਿੰਦੇ ਉਹਨੂੰ। ਖਾਨੀਆਂ ਖਤਮ ਸ਼ਰੀਫ ਕੀਤੀ, ਉੱਥੇ ਪਹੁੰਚਿਆ ਮੈਂ ਰੋਬੂ ਜੀ, ਬਹੁਤ ਜ਼ਿਆਦਾ ਆਵਾਮ ਅਤੇ ਬਹੁਤ ਜ਼ਿਆਦਾ ਜੇ ਆ ਰਹੀ, ਕਿਉਂਕਿ ਇੱਕ ਘੰਟਾ ਟਾਈਮ ਰਹਿੰਦਾ ਹੈ। ਖਤਮ ਸ਼ਰੀਫ ਹੋ ਗਿਆ, ਬਹੁਤ ਬੜੀ ਫੈਟ ਹੈ ਤਮਾਮ ਸੀ, ਅਤੇ ਹੁਣ ਖਤਮ ਖਾ ਕੇ ਖਤਮ ਸ਼ਰੀਫ ਸਭੀ ਆਵਾਮ ਆਪਣੇ ਆਪਣੇ ਘਰਾਂ ਜਾ ਰਹੀ ਹੈ। बिस्मिल्लाहिर्रहमानिर्रहीम, अस्सलाम वालेकुम। अच्छा जी, सुबह सुबह के टाइम है, तकरीबन 8 बज चुके हैं, तो देखिए धुंध कितनी ज़्यादा है। और अम्मी जी, मैं तो बस सुबह ही नमाज़ पढ़ी थी, कुरान पाक की तिलावत की थी, अब और अब्बास को चाय बना के दी थी, तो मैं फिर अपने रूम में चली गई थी हुक्के की आग बना के। तो मैं अम्मी जी ना फिर आ जाती हैं उठ के, तो आज फिर अभी तक अम्मी जी उठी नहीं, तो भाई जावेद ने बोला, भाई जावेद ने हुक्के पे आग रख के दी थी, मुझे पता नहीं था, मैं अपने रूम में चली गई थी। तो अम्मी जी को ना काफ़ी तेज़ बुखार भी है, तबीयत ठीक नहीं है। उस टाइम काम हो गई ਨਹੀਂ ਅੱਬੂ ਜੀ ਦੇ ਕਾਲ ਆਏ ਤਾਂ ਵੀ ਪੈਂਦੇ ਸਨ, ਬਹੁਤ ਜ਼ਿਆਦਾ ਧੁੰਦੇ ਇੱਥੇ ਵੀ। ਅਤੇ ਦੋ ਸਾਡੇ ਦੁੱਧ ਰੇਟ ਕੰਮ ਹੈ, ਸਾਡੇ ਦੁੱਧ ਰੇਟ ਇੱਧਰ ਮਿਕਸ ਜਿਹੜਾ ਦੁੱਧ ਦਾ ਤਕਰੀਬਨ ਮੱਝਾਂ ਦਾ ਦੁੱਧ ਕਿਲੋ ਮਿਕਸ, ਗਾਈਆਂ ਦਾ ਲੈਂਦੇ ਪਏ ਤਕਰੀਬਨ 75-80 ਰੁਪਏ ਕਿਲੋ, ਅਤੇ ਗਾਈਆਂ ਦਾ ਮੱਝਾਂ ਦਾ ਲੈ ਰਹੇ 90-95 ਰੁਪਏ ਕਿਲੋ। ਹਾਂਜੀ, ਖਲ ਵੰਡੇ ਇੰਨੇ ਮਹਿੰਗੇ ਆ ਕਿ ਸਾਰਾ ਦਿਨ ਮਿਹਨਤ ਕਰਕੇ ਵੀ ਦੁੱਧ ਵੇਚ ਕੇ ਵੀ ਪੈਸੇ ਨਹੀਂ ਬਚਦੇ ਹੈਗਾ, ਨਾ ਬਿਲਕੁਲ ਨਹੀਂ ਪੈਂਦਾ ਹੈਗਾ। ਹਾਂਜੀ, ਅਤੇ ਜਾਨਵਰ ਰੱਖਣੇ ਵੀ ਅੱਜ ਕੱਲ੍ਹ ਮੁਸ਼ਕਿਲ ਹੋ ਗਏ ਆ, ਕਿਉਂਕਿ ਕਿੰਨੀ ਮਹਿੰਗਾਈ ਹੋ ਗਈ ਆ। ਹਾਂਜੀ, ਉਹ ਲੱਗਾ ਪਰ ਜ਼ਿਮੀਂਦਾਰਾਂ 'ਚ ਫਿਰ ਡੇਰੇ 'ਤੇ ਮਾਲ ਮਨੀ ਨਾ ਹੋਵੇ, ਡੇਰਾ ਸਾਜਦਾ ਕੋਈ ਨਹੀਂ, ਫਿਰ ਸਾਨੂੰ ਮਾਲ ਮਨੀ ਦਾ ਪਿਆਰ ਹੀ ਬਹੁਤ ਜ਼ਿਆਦਾ ਆ। ਬਿਲਕੁਲ, ਘਰ ਦਾ ਖਾਲਸ ਦੁੱਧ ਹੁੰਦਾ ਖੁੱਲ੍ਹਾ, ਜਿਤਨਾ ਦਿਲ ਕਰੇ ਪੀਓ, ਜੋ ਮਰਜ਼ੀ ਦਿਲ ਕਰੇ ਕਰੋ। ਸੋ ਆ ਜਾ ਬੱਚੇ, ਹੁਣ ਤੁਸੀਂ ਆਪਣਾ ਹਿੱਸਾ ਪੀ ਲਿਆ, ਹੁਣ ਚੋ ਲਈਏ, ਆ ਜਾਓ ਜਾਂ ਪੱਠੇ ਖਾ, ਹੁਣ ਤੁਸੀਂ ਆ ਜਾਓ। ਤੁਸੀਂ ਸੁਬਹਾ ਕੰਮ ਦੂਰ ਛੋੜਦੇ ਹੋ ਨਾ, ਅਤੇ ਭਾਈ ਲੱਗੇ ਸਾਂ ਬੋਲਣ, ਭਾਈ ਜਵੇਦ ਆਉਂਦੇ ਨੇ ਆਵਾਜ਼, ਬਹੁਤ ਕੰਮ ਦੂਰ ਛੋੜਦੇ ਨੇ ਹੁਣ।
ले ए बच्चे थोड़े ज्यादा छोड़ा करो, अभी छोटा है। ये तंग बहुत करता है, खुली तो बढ़ जाता है, छड़ना बंद हो गया। हां जी, अच्छा ये देखें, जदों इन में छड़दा बंदा मेनू छड़दा है, इतना कट्टा मारता गोलदार विच ना, नाल ही मेनू लपेट दंदा है। बच्चे छड़ दे, बच्चे छड़, बस 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 पट्ठे खो। मैं तार कड्डा वाह कोई नहीं, कि दसी रह दो तारा, मैं निकाल लेना। बस तुसी इस तरह करियो, तुसी ਕਾਂ ਤੰਗ ਗਿਆ ਤੇ ਤੁਸੀਂ ਇਹਨੂੰ ਦੁੱਧ ਘਰ ਲਿਆ ਜਿਓ, ਅੱਛਾ ਦੋ ਬਾਲਟੀ ਚੋਂ ਦਿੰਦਾ ਨਾ, ਤੇ ਬਾਅਦ ਤੁਸੀਂ ਬਾਲਟੀ ਨੂੰ ਦੋ ਹੋਰ ਦੇ ਦਿਓ। ਅੱਛਾ ਬਸ ਤਾਰਾ ਨਹੀਂ ਕਰਦਾ, ਬਸ ਤੁਸੀਂ ਦੁੱਧ ਘਰ ਲੈ ਜਾ, ਬਚਾ ਕੰਮ ਚੱਲ। ਨਹੀਂ ਅੰਮੀ ਜੀ ਨੇ ਇਸ ਮਾਜੇ ਦੇ ਤਾਰ ਕੱਢ ਲੈ, ਇਸੇ ਮੇਰੀ ਤਬੀਅਤ ਨਹੀਂ ਠੀਕ। ਹਮਾਈ ਚੋ ਲੈਂਦੀ ਹੈ ਦੂਸਰੀਆਂ ਨਹੀਂ ਆ ਵੀ, ਬਸ ਕੱਟ ਮੈਂ ਨਾ ਹੁਣ ਤਾਂ ਕੱਲ ਭਾਜੀ ਨਸਰੁੱਲਾ ਤਾਰ ਕੱਢੀ ਠੀਕ ਕੱਢੀ ਸੀ ਭਾਈ, ਨਸਰੁੱਲਾ ਨੇ ਉੱਤਰ ਲਈ ਕਿ ਮਾਜੀ ਦੀ ਕੱਢੀ ਠੀਕ ਕੱਢੀ ਸੀ। ਅੱਛਾ ਚਲੋ ਬੱਚੇ ਵੜ ਗਿਆ, ਐਸੇ ਹੋ ਗਿਆ, ਸੈਂਡ ਸੈਂਡ भाई आते सर, मैं भी जानवर रखने ने चाचे, देखो की करते रहे। बिल्कुल इस टाइम आके दुध का रेट भी कोई नहीं, फिर माल माशाल्लाह सामना आवे फिर फायदा ही कोई नहीं है। तो ठीक है ना, सारा दिन जो जो मेहनत करनी, तो फिर दुध का रेट भी ना आवे तो फिर फायदा ही कोई नहीं। अच्छा देखे मोहेश के काम, अब्बास ये पता नहीं क्या करे, जाके पूछती हूँ। भाई जो एदी तलियां तलियां तो सोनी है, कणक ते किते किते बिल्कुल छोटी। हां तो तुसी किते कि शाम टाइम चढ़ गई हो इधर, मुर्गे शुरगे गर्मियां फुड़ने होंगे ना, खुडे च नहीं फुड़ी जाते मुर्गे गर्मियां, टोकरे च नहीं फुड़ने पैंदे। सही ध्यान नाल गेरी ना जाया जितो, होर काम मुक गए? नहीं काम कित्थे मुकदे ने जे, मशीन लगाई कपड़े खत्म होने, बच्चे आ गए उन्होंने तो यूनिफॉर्म, तो बस इवें कर करके तो मुकते नहीं। मैं तो क्या पता नहीं किधर गए ने, भी तारने सोने टोकरे बन जाने दो। सही चलो आ वेखो, शादी तो बाद बंदे की जिंदगी फिर बनती, जो कपड़े तो के सुकने पौने पैंदे आ, इहनू कहिंदे प्यार दी गल, जिवें कि लाला प्यार करदा आ सब नूं। चाह पीने तो इलावा काम कर लईदा आ, हुण ओह किहनू तोड़ के लिआ, किहनू पसंद नहीं आ मिर्चा टमाटर बिरयानी मसाला गोश्त चावल, मैं धारा निकाल लगा फिर अंकल लिया दिंदा, मैं धारा निकाल ला फिर चार जन धारा निकाल लिया, झट वाह लाई जाता है। कलेजी तो मत्थे मारो कड़, नहीं नहीं छोटा भरा आया कलेजी, कोली पा दी कलेजी खाओ पुत मिलू जा।
ਧਨੀਆ ਲਾ ਕੇ ਜਾ ਤੁਸੀਂ ਖਾਣਾ ਚਾਵਲ ਖਾਣੇ ਆਲੋ ਫਿਰ ਆਲੋ ਬੋਰਡ ਵੱਧ ਗਿਆ ਹੁਣ ਪਿਆਜ਼ ਵੀ ਹੁਣ ਭੱਜ ਆ।